ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਸਾਰਿਆਂ ਦਾ? ਹੋਪ ਸੋ ਤੁਸੀਂ ਸਾਰੇ ਜਣੇ ਕਾਇਮ ਹੀ ਹੋਵੋਗੇ, ਹੋਣੇ ਵੀ ਚਾਹੀਦੇ ਆ। ਅਤੇ ਅੱਜ ਹੈਗੀ ਆ ਆਪਣੀ ਪ੍ਰੀ ਵੈਡਿੰਗ, ਮਤਲਬ ਮੇਰੀ ਆਪਣੀ ਨਿਕਲ ਦੇ ਮੂੰਹ 'ਚੋਂ, ਮਤਲਬ ਮੇਰੀ ਪ੍ਰੀ ਵੈਡਿੰਗ, ਮੇਰੀ ਤਾਂ ਪ੍ਰਭ ਦੀ, ਹਾਂ ਮੇਰੀ ਤਾਂ ਪ੍ਰਭ ਦੀ। ਅਤੇ ਸਬਕ 'ਤੇ ਉੱਠ ਗਏ ਹਾਂ ਆਪਾਂ, ਸਬਕ 'ਤੇ ਉੱਠ ਕੇ ਮੈਂ ਕਿਹਾ ਤਿਆਰੀਆਂ ਕਰ ਲਈਏ, ਸਮਾਨ ਸਮੂਨ ਪੈਕ ਕਰ ਲਈਏ, ਕਿਉਂਕਿ ਹਜੇ ਵੈਸੇ ਪੂਰੀ ਤਰ੍ਹਾਂ ਦਿਨ ਨਹੀਂ ਚੜਿਆ, ਪਰ ਫਿਰ ਵੀ ਉੱਠਣਾ ਪਿਆ ਆ। ਅਤੇ ਉੱਠ ਕੇ ਤਿਆਰੀਆਂ ਕਰਨ ਲੱਗੀ ਹਾਂ, ਅਤੇ ਫਿਰ ਮੈਂ ਨਿਕਲ ਜਾਣਾ ਵਾ ਆਪਣੀ ਪ੍ਰੀ ਵੈਡਿੰਗ 'ਤੇ। ਅਤੇ ਉੱਥੇ ਜਾ ਕੇ ਤੁਹਾਨੂੰ ਜੋ ਵੀ ਮਾਹੌਲ ਚਾਲ ਆ ਸਾਰਾ ਕੁਛ ਵਿਖਾਵਾਂਗੇ, ਪਰ ਉਹ ਤੋਂ ਪਹਿਲਾਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਤਿਆਰੀਆਂ ਵਿਖਾ ਦਿੰਦੇ ਹਾਂ, ਜਿਹੜੀਆਂ ਆਪਾਂ ਕਰਨੀਆਂ ਅਤੇ ਜੋ ਜੋ ਆਪਾਂ ਉੱਥੇ ਲੈ ਕੇ ਜਾਣਾ ਹੈ। ਚਲੋ ਆ ਜਾਓ। ਹਾਂਜੀ, ਅਤੇ ਸੂਟ ਇਹਦੇ 'ਚ, ਅਤੇ ਆ ਜੁੱਤੀ ਆ, ਇਹ ਥੋੜ੍ਹੀ ਜਿਹੀ ਵੈਸੇ ਲੱਗਣ ਦੀ ਹੋਣੀ ਆ, ਪਰ ਸੋਹਣੀ ਬੜੀ ਆ। ਅਤੇ ਸੂਟ ਆਇਆ ਪਰ ਹਜੇ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਦਿਖਾਉਣੇ, ਕਿਉਂਕਿ ਇੱਕ ਸਰਪ੍ਰਾਈਜ਼ ਹੈ ਜਦੋਂ ਆਪਾਂ ਜਿਹੜੇ ਵਾ ਮਤਲਬ ਲਾਈਕ ਤਿਆਰ ਹੋਵਾਂਗੇ, ਵਧੀਆ ਲੁੱਕ ਬਣੂਗੀ, ਉਦੋਂ ਹੀ ਤੁਹਾਨੂੰ ਜਿਹੜੀ ਐਕਸਪੋਜ਼ ਕਰਾਂਗੇ। ਅਤੇ ਆ ਜਾਓ ਹੁਣ ਚੱਲੀਏ ਜਲੰਧਰ। ਹਾਂਜੀ, ਅਤੇ ਹੁਣ ਆਪਾਂ ਹੋ ਗਏ ਹਾਂ ਰੈਡੀ ਜਾਣ ਵਾਸਤੇ, ਤਿਆਰ ਤੁਰ ਇੱਥੋਂ ਹੀ ਘਰੋਂ ਹੀ ਹੋ ਕੇ ਜਾਣਾ ਪੈਣਾ ਹੈ। ਅਤੇ ਚਲੋ ਫਿਰ ਆ ਜਾਓ ਚੱਲੀਏ ਜਲੰਧਰ। ਪਹੁੰਚ ਗਏ ਹਾਂ, ਅਤੇ ਆ ਭਾਈ ਬੈਠੇ ਸਾਡੇ ਨਾਲ ਜਿਨ੍ਹਾਂ ਨੇ ਕਰਨਾ ਆਪਣਾ ਸਲੂਨ, ਅਤੇ ਜੋ ਵੀ ਮੇਕਅਪ ਸਾਰਾ ਇੰਤਜ਼ਾਮ ਇਹਨਾਂ ਨੇ ਕੀਤਾ ਹੈ। ਅਤੇ ਦੀਦੀ ਆਉਣ ਡਿਆ ਹਜੇ ਸਲੂਨ, ਤੁਹਾਨੂੰ ਮੈਂ ਇੱਕ ਵਾਰੀ ਵਿਖਾ ਦਿੰਦੀ ਹਾਂ। ਹਾਂਜੀ, ਅਤੇ ਇੱਥੇ ਆਪਾਂ ਹੁਣ ਅੱਜ ਤਿਆਰ, ਅਤੇ ਉਹ ਤੋਂ ਬਾਅਦ ਤਿਆਰ ਤਿਉਰ ਹੋ ਕੇ ਜਿਹੜੀ ਆ ਤੁਹਾਨੂੰ ਆਪਣੀ ਜਿਹੜੀ ਆ ਫਾਈਨਲ ਲੁੱਕ ਜਿਹੜੀ ਆ ਦਿਖਾਵਾਂਗੇ। ਤਿਆਰੀਆਂ ਤੁਰੀਆਂ ਚੱਲਣ ਡਈ ਆ ਹਜੇ, ਅਤੇ ਬਚ ਗਏ ਹਾਂ। ਠੀਕ ਆ, ਹੁਣ ਹੁਣ ਲੱਗੀ ਆ ਸਾਰੀ ਤਿਆਰੀ। ਅਤੇ ਹਾਂਜੀ ਮੈਮ, ਕਰ ਦਿਓ ਸ਼ੁਰੂ, ਕੀ ਕਰਨਾ ਪਹਿਲਾਂ ਤੁਸੀਂ? ਅਤੇ ਸਾਰਾ ਕਰ ਕੁਰ ਕੇ ਪ੍ਰੀ ਵੈਡਿੰਗ ਵਾਸਤੇ ਐਕਸਾਈਟਡ ਹੀ, ਵੇਖੋ ਅੱਜ ਕੀ ਹੁੰਦਾ, ਕਿੱਦਾਂ ਦੀ ਮੈਂ ਲੱਗਦੀ ਹਾਂ, ਕੀ ਲੁੱਕ ਮੇਰੇ ਆਉਂਦੀ ਆ। ਮੈਂ ਖੁਦ ਬੜੀ ਡਰੀ ਹੋਈ ਹਾਂ, ਸਾਰੇ ਕਹਿੰਦੇ ਰਹਿੰਦੇ ਪ੍ਰਭ ਸੋਹਣਾ ਪ੍ਰਭ ਸੋਹਣਾ, ਅਤੇ ਮੈਂ ਪਤਾ ਨਹੀਂ ਸੋਹਣੀ ਲੱਗਣਾ ਕਿ ਨਹੀਂ ਲੱਗਣਾ। ਮਾੜੀ ਹਾਂਜੀ, ਅਤੇ ਹੁਣ ਮੇਰੇ ਵਾਲਾਂ ਦੀ ਕ੍ਰਿਮਪਿੰਗ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਮਤਲਬ ਪਹਿਲਾਂ ਹੇਅਰ ਸਟਾਈਲ ਕਰੋਗੇ? ਹਾਂਜੀ ਹਾਂਜੀ, ਨਹੀਂ ਬੇਸ ਬਣਾਉਣਾ ਆਪਾਂ, ਬੇਸ ਸਟਾਈਲ ਕਰਨਾ ਹੇਅਰ ਸਟਾਈਲ। ਅੱਛਾ, ਬਾਅਦ ਕ੍ਰਿਮਪਿੰਗ ਕ੍ਰਿਮਪਿੰਗ ਦੇ ਟਾਈਮ ਨਹੀਂ ਨਾ ਹੋਣਾ। ਹਾਂ, ਇਹ ਗੱਲ ਤਾਂ ਹੈ, ਕੁੜੀ ਹੇਅਰ ਸਟਾਈਲ ਆ ਸਾਡੀ, ਜਿੰਨੇ ਬ੍ਰਾਈਡਲ ਉਹ ਲੈ ਲਈ ਕਰ। ਕੌਣ ਇਹ ਇਹ ਦੀਦੀ ਜਿਹੜੀ ਕਰਨ ਨੇ? ਇਹ ਮਲਟੀ ਟੈਲੈਂਟਡ ਹੈ। ਅੱਛਾ, ਇਹ ਦਾ ਸਕਿਨ ਦਾ ਵਾਰਾ ਬੱਚੇ ਹੀ ਸਾਰੇ, ਮੈਂ ਜ਼ਿਆਦਾ ਕੁੜੀਆਂ ਹੀ ਰੈਡੀ ਕਰ, ਮੁੰਡਿਆਂ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੀ ਹਿਸਾਬ ਕਰਦਾ, ਸਾਰੀਆਂ ਕੁੜੀਆਂ ਨਹੀਂ ਹੁੰਦਾ ਵਰਤਾ, ਨਹੀਂ ਤਾਂ ਹੇਅਰ ਤਾਂ ਕੁੜੀਆਂ ਕਰਦੀਆਂ ਬਹੁਤ ਘੱਟ ਆ। ਹਾਂਜੀ ਹੇਅਰ, ਹਾਂ ਮੈਂ ਵੇਖਿਆ, ਮੈਂ ਵੀ ਖੁਦ ਕੀਤਾ ਵੀ ਮੁੰਡੇ ਹੀ ਹੁੰਦੇ ਜ਼ਿਆਦਾਤਰ, ਕਰਲਿੰਗ ਕਰਲਿੰਗ ਹਾਈਲਾਈਟਸ ਵਗੈਰਾ ਸਾਰੇ ਨਹੀਂ ਕਰਦੇ, ਵਧੀਆ ਟੈਨਸ਼ਨ ਘਟੀ ਮੇਰੀ ਨਾਲੇ। ਨਹੀਂ ਮੈਂ ਵੀ ਅੱਜ ਤੱਕ ਭਾਜੀ ਜਿੰਨੇ ਵੇਖੇ ਨਾ ਮੁੰਡੇ ਹੀ ਹੇਅਰ ਸਟਾਈਲ ਕਰਦੇ ਆ, ਕੁੜੀਆਂ ਬਹੁਤ ਘੱਟ ਕਰਦੀਆਂ। ਹੇਅਰ ਦਾ ਕੈਮੀਕਲ ਵਰਕ ਵੀ ਜ਼ਿਆਦਾ ਮੁੰਡਿਆਂ ਦੇ, ਜਿੱਥੇ ਜ਼ਿਆਦਾ ਹੁੰਦੇ ਫਸਣ ਵਾਲਾ ਕੰਮ ਉਹ ਆਪ ਕਰਦੀ, ਤਾਂ ਬਾਕੀ ਸਾਰੇ ਇਹੀ ਕਰਦੇ। ਇਹ ਆ ਗੱਲ, 1.5 ਸਾਲ ਹੋ ਗਿਆ ਇਹਨੇ ਕਿਤੇ ਬਾਲ ਨਹੀਂ ਸਾੜੇ। ਮੈਂ ਤੇ ਆਪ ਬੜਾ ਪਛਤਾਉਣ ਡਈ ਆ, ਤੇ ਇਹ ਪ੍ਰਮੋਸ਼ਨ ਦੇ ਚੱਕਰ 'ਚ ਨਾ, ਲੋਕਾਂ ਨੂੰ ਇਹ ਲੱਗਦਾ ਕਿ ਮੁਫਤ ਕਰਾ ਲੇ ਸਭ ਨੂੰ ਜ਼ਿਆਦਾ ਨੁਕਸਾਨ ਸਾਨੂੰ ਹੁੰਦਾ ਇਹਨਾਂ ਚੀਜ਼ਾਂ ਦਾ, ਤੁਹਾਨੂੰ ਪਤਾ ਭਾਈ ਮੈਂ ਤੇ ਬਹੁਤ ਨੁਕਸਾਨ ਝੱਲ ਚੁੱਕੀ ਇਹਨਾਂ ਚੀਜ਼ਾਂ ਵਿੱਚ, ਸਾਡੇ ਨਾਲੋਂ ਜ਼ਿਆਦਾ ਪ੍ਰੋਫਿਟ ਵੀ ਕਮਾ ਜਾਂਦੇ ਤੇ ਹੁਣ ਨੁਕਸਾਨ ਵੀ ਸਾਡੇ ਹੀ ਕਰ ਜਾਂਦੇ। ਸਹੀ ਵੀ ਨਹੀਂ ਹੁੰਦੀ, ਹੁਣ ਵਧਣਗੇ ਤੇ ਫੇਰ ਹੀ ਆ ਨਾ ਭਾਜੀ। ਹਾਂ, ਮੇਰੀ ਇਹ ਜੁੱਤੀ ਬੜੀ ਗੰਦੀ ਹੋ ਗਈ, ਜੇ ਆਉਂਦੇ ਆਉਂਦੇ ਇਹਦਾ ਕੀ ਕਰਾਂ, ਕੈਮਰੇ 'ਚ ਦਿਖੂਗੀ ਕਿ ਨਹੀਂ? ਮੈਂ ਜਦੋਂ ਤੁਹਾਡੇ ਨਾਲ ਗੱਲ ਕਰਦੀ ਮੈਂ ਜ਼ੋਰ ਦੀ ਬੋਲੀ ਹਾਂ ਨਾ ਵਿੱਚੋਂ, ਜੇ ਉਹ ਕਿਉਂ ਬੋਲੀ, ਆਂਦਾ ਅੱਗੇ ਅੱਗੇ ਹੋਈ ਜਾਓ, ਅੱਗੇ ਅੱਗੇ ਹੋਈ ਜਾਓ, ਤੇ ਮੈਂ ਅੱਗੇ ਕਿੱਥੇ ਹੋਈਏ, ਮੈਂ ਸਵਾਰੀਆਂ ਤੇ ਅੱਗੇ ਉਤਰਨੀ ਆ, ਗੁੱਸਾ ਚੜ ਗਿਆ ਮੈਨੂੰ, ਜਾ ਵੇਖ ਲਓ ਕੀ ਹਾਲ ਕੀਤਾ ਜੇ ਇਹਨਾਂ ਨੇ, ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਬੱਸ ਵਿੱਚ। ਹਾਂਜੀ, ਤੇ ਹੁਣ ਆਪਾਂ ਜਿਹੜਾ ਸੂਟ ਪ੍ਰੈਸ ਕਰਨ ਲੱਗੇ ਆ, ਸੂਟ ਨਹੀਂ ਤੁਹਾਨੂੰ ਹਜੇ ਵਿਖਾਉਣਾ, ਵੱਟ ਪੈ ਗਏ ਸਾਰੇ ਸੂਟ 'ਚ ਆਉਂਦੇ ਆਉਂਦੇ, ਇਸ ਕਰਕੇ ਪ੍ਰੈਸ ਕਰਨਾ ਪੈਣ ਡਿਆ ਆ, ਤੇ ਹੁਣ ਪ੍ਰੈਸ ਪ੍ਰੁਸ ਕਰ ਲਈਏ, ਸਾਰੇ ਹੀ ਵੱਟ ਪੈ ਗਏ, ਬਹੁਤਾ ਹੀ ਬੁਰਾ ਹਾਲ ਹੀ ਆ ਬੱਸ ਵਿੱਚ, ਮੇਰੇ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ, ਮੇਰੇ ਤੇ ਜੁੱਤੀ ਦਾ ਤੇ ਇੰਨਾ ਬੁਰਾ ਹਾਲ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਉਹ ਵੀ ਧੁੱਪਾ ਵੀ ਚਿੱਟੀ ਲਈ, ਤੇ ਅੱਜ ਕਹਿੰਦੇ ਬੱਸਾਂ ਦੀ ਹੜਤਾਲ ਹੀ, ਤੇ ਐਂ ਤੂੰ ਨਹੀਂ, ਜਿਸ ਤਰ੍ਹਾਂ ਭੇਡਾਂ ਤੁੰਨੀਆਂ ਹੁੰਦੀਆਂ ਵਿੱਚ ਇੱਕ ਦੂਜੇ 'ਤੇ ਚੜ੍ਹ ਕੇ ਬੰਦਾ ਆਉਂਦਾ ਨਾ, ਉਹ ਬੜਾ ਹਿਸਾਬ ਹੀ ਅੱਜ,
ਸਾਰੇ ਸੂਟਾਂ ਦੇ ਵੱਟ ਪੈ ਗਏ। ਚਲੋ ਹੁਣ ਕਰ ਲਈਏ ਪ੍ਰੈਸ। ਹੁਣ ਮੇਕਅਪ ਜਿਹੜਾ ਸਟਾਰਟ ਹੋਣ ਲੱਗਾ ਹੈ, ਜਿਹੜਾ ਤੁਹਾਨੂੰ ਤੁਹਾਨੂੰ ਵਿਖਾ ਹੀ ਦੇਣਾ ਸਾਰਾ ਕੁਛ। ਜ਼ਿਆਦਾ ਮੂੰਹ ਕਾਲਾ ਹੀ ਜਾਣ ਲੱਗਣ ਡਿਆ। ਇੱਥੇ ਠੀਕ ਆ। ਰਿੰਗ ਲਾਈਟ ਕਿੱਥੇ ਲਾਈ? ਕੁਰਸੀ ਬਣੀ ਨਹੀਂ ਕੀਤੀ ਹੈ ਯਾਰ। ਮੈਂ ਦਿੱਕਤ ਹੈ। ਅੱਛਾ ਕੋ ਆਪਣਾ ਹੈ। ਲੈਂਸ ਦੀਦੀ ਮੈਂ ਨਹੀਂ, ਤੇ ਮੈਰਿਜ ਤੇ ਭਾਜੀ ਕਹਿੰਦੇ ਸੀ ਕਿ ਅਸੀਂ ਲੈ ਦਾਂਗੇ। ਮੈਂ ਨਹੀਂ, ਮੈਂ ਆਪਣੀ ਬਣਵਾ ਲੂੰਗੀ। ਠੀਕ ਹੈ, ਜਿੱਥੋਂ ਸਪੈਕਸ ਮਿਲਦੀਆਂ ਉਹ ਬਣਾ ਦਿੰਦੇ। ਗ੍ਰੇ ਕਲਰ ਦੇ ਕਹਿਣ ਡੇ ਸੀ। ਹਾਂਜੀ, ਉਹ ਮੈਂ ਦੋ ਕੁ ਜੋੜੇ, ਇੱਕ ਗ੍ਰੇ ਬਣਵਾ ਲੂੰਗੀ, ਇੱਕ ਹੋਰ ਕਲਰ ਬਣਵਾ ਲੂੰਗੀ। ਹਾਂਜੀ, ਅਤੇ ਆਈਜ਼ ਦਾ ਮੇਕਅਪ ਹੋ ਗਿਆ ਆਪਣਾ ਕੰਪਲੀਟ, ਅਤੇ ਹੁਣ ਆਪਣਾ ਮੂੰਹ ਦਾ ਹੋਣ ਲੱਗਾ ਸ਼ੁਰੂ। ਅਤੇ ਮੂੰਹ ਦਾ ਤੁਹਾਨੂੰ ਕਰਕੇ ਸਾਰਾ, ਅਤੇ ਵਿਖਾਉਂਦੇ ਆ ਕੇ ਲਓ ਕਲੀਨਜ਼ਰ। ਨਹੀਂ ਜੀ, ਬੋਲੇਸਿਸ। ਚਲ ਜੋ ਵੀ ਹੋਊਗਾ ਮੈਂ ਥੋੜ੍ਹੀ ਕਰਾਂ। ਮੋਇਸਚਰਾਈਜ਼ਰ ਲੱਗ ਰਿਹਾ। ਅੱਛਾ, ਮੋਇਸਚਰਾਈਜ਼ਰ ਆ, ਠੀਕ ਹੈ ਠੀਕ ਹੈ। ਮੈਂ ਵੀ ਸੱਚ ਦੀਦੀ ਮੇਕਅਪ ਸਿੱਖਣਾ, ਕਿਉਂਕਿ ਵਿਆਹ ਤੋਂ ਬਾਅਦ 'ਚ ਮੈਨੂੰ ਆਪੇ ਕਰਨਾ ਪੈਣਾ। ਜ਼ਰੂਰ ਜ਼ਰੂਰ ਜੀ, ਵਿਆਹ ਤੋਂ ਬਾਅਦ ਤਾਂ ਆਪਣੇ ਆਪ ਹੀ ਕਰਨੇ ਪੈਂਦੇ ਆ। ਮੈਂ ਉਹੀ ਕਹਿਣੀ, ਮੈਂ ਸਿੱਖ ਲਾਂ ਪਹਿਲਾਂ ਮੈਨੂੰ। ਦੇਖੋ ਪਤਾ ਨਹੀਂ ਕਿੱਥੇ ਚੜ ਜਾਂਦੀਆਂ। ਮੈਨੂੰ ਤਾਂ ਔਖੇ ਔਖੇ ਜਿਹੇ ਸਾਹ ਵੀ ਹੁੰਦੇ ਮੇਕਅਪ ਕਰਾਉਣ ਲੱਗੇ। ਬਾਅਦ ਵਿੱਚ ਸਾਰੇ ਹੀ ਦੇਖਦੇ ਆ। ਠੀਕ ਹੈ ਨਾ, ਵਧੀਆ। ਹਾਂ ਮੈਂ ਇੱਥੇ ਕਰ ਜਾਣੀ ਆ, ਪਰ ਮੇਰੇ ਉਹ ਲੱਗ ਜਾਣੀ ਆ, ਉਹ ਪੈ ਜਾਣੀ ਆ ਇੱਥੇ।
ਖੁੱਲੇ ਤੇ ਕਰਕੇ ਤੇ ਕਹਿਣ ਦੀ ਆ ਮੈਂ ਨੱਚਦੀ ਆ ਨਾ ਫਿਰ ਨਾ ਵਿੱਚ ਅੱਛਾ ਅੱਛਾ ਇਹ ਦੱਸ ਵੀ ਦਵੋ ਨਾ ਚਲ ਮੈਂ ਹੀ ਦੱਸ ਦਿੰਦੀ ਆ ਇਹ ਮੇਰੇ ਗੋਲ ਦੇ ਰਿੰਗ ਆ ਗੋਲ ਉਹ ਮੈਂ ਸਾਂਭ ਕੇ ਰੱਖੇ ਟਿਸ਼ੂ ਪੇਪਰ ਚ ਹਾਂ ਕੜਾ ਕੱਢ ਦੋ ਨਾ ਉਹਨਾਂ ਦਾ ਹੈ ਕੜਾ ਕੱਢ ਦੋ ਕੜਾ ਆਪਣੇ ਬਰਸ ਪਾ सूट भी चलाना वा नाल दोनों सूट चल जाने हां चल जाने मैं कह व्याह दे एक स्टॉल कट ला लियो भाई बस हो गई चिपक गई है लथने के नहीं ना मैं स्प्रे नहीं मार सकती जो मर्जी करा तू स्मार्टफोन अपने ले जा रहा घर टूट जाएगा दो दिन भी है ठीक है ना कंफर्टेबल है ना नेल्स हां जब लॉन्ग नहीं हैगे हां जी मैं करवा ले ही छोटे हां ठीक है दिस मीन वेव्स पाने सी वेव्स मामा वेव्स पाने सी थोड़ी ड्रेस वाली है ना ज्यादा छोटा कर दो वो ओपन सामने क्यों नहीं आंदी है नानी ना रहन दा मौका ही नहीं मिलना नानी पहला ही की जवाकी नानी दे पर हाडी नानी कहनी चंगी बड़ी होंगी नानिया में चंगी उन्होंने पता हूँ ना हाडा खून है चला मारन की लड़ तो नहीं ना चलो हम तुम पूरा करके फिर खाने ठीक है आ नेल जड़े लग गए तो जड़िया मैं गल्ला मांडी उन्होंने इग्नोर करियो मैं अज कुछ समझ नहीं आँगी चमक रहा सा कोई ना टाइम है बोलो।
ਨਹੀਂ ਤਾਂ ਵੇਖ ਅਸੀਂ ਜਸਲ ਪਾਰਕ ਤਾਂ ਹੈਗੀ ਜਸਲ ਪਾਰਕ ਸੈਂਡਲ ਮੇਰੇ ਉਹ ਜਿਹੜੀ ਹੋਈ ਕਹਿੰਦੇ ਅੱਛਾ ਬਸ ਇੱਕ ਹੀ ਰੱਖਣੀ ਚੁੰਨੀ ਕਿਹੜੀ ਕਹਿੰਦੇ ਨਹੀਂ ਆਂਟੀ ਪਹਿਲਾਂ ਚੈੱਕ ਕਰ ਲਾ ਕੀ ਨਹੀਂ ਆਂਟੀ ਫਿਲਟਰ ਲਾ ਕੇ ਨਾ ਵੀ ਫੋਟੋ ਪਾਇਆ ਤਾਂ ਹੁੰਦਾ ਨਹੀਂ ਨਹੀਂ ਫਿਲਟਰ ਨਹੀਂ ਲਾਉਣਾ ਮੈਂ ਸਿੰਪਲ ਕੈਮਰਾ ਇਹ ਤਾਂ ਸਿੰਪਲ ਕੈਮਰਾ ਨਹੀਂ ਕਿਹੜਾ ਫਿਲਟਰ ਲੱਗਦਾ ਭਾਈ ਪੈਰਾਂ ਦਾ ਚੇਤਾ ਹੀ ਨੀ ਮੂੰਹ ਸਵਾਰ ਲਿਆ ਸੀ ਪੈਰਾਂ ਦਾ ਚੇਤਾ ਹੀ ਅੱਛਾ ਉਹਦੇ ਮੇਰੇ ਕੋਲ ਖੁੱਲਣਾ ਨਹੀਂ ਦੂਜਾ ਪਤਾ ਨਹੀਂ ਮੈਂ ਕਿੱਥੇ ਰੱਖਦਾ ਫੋਨ ਗੱਲ ਕੇ ਆਪਣੀ ਜਿਹੜੀ ਆਲਮੋਸਟ ਤਿਆਰੀ ਆ ਸਾਰੀ ਹੋ ਗਈ ਆ ਹੁਣ ਜਿਹੜੀ ਜੁੱਤੀ ਹਾਂ ਨਹੀਂ ਪਹਿਣ ਡਈ ਜੁੱਤੀ ਪਹਿਣ ਡਈ ਆਪਣੀ ਤੇ ਤਿਆਰੀ ਹੋ ਗਈ ਆ ਸਾਰੀ ਬਾਕੀ ਦੱਸਿਓ ਕਿੱਦਾਂ ਦੀ ਲੱਗਣ ਡੀ ਤੁਹਾਨੂੰ ਇੱਕ ਵਾਰੀ ਸਾਰਾ ਵਿਖਾ ਵੀ ਦਊਂਗੀ ਮੈਂ ਤੇ ਕੀ ਆ ਬਾਏ ਤੇ ਪ੍ਰਭ ਵੀ ਆਲਮੋਸਟ ਰੈਡੀ ਜਿਹੜੇ ਹੋ ਗਏ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹਨਾਂ ਬੁਲਾਈ ਨਹੀਂ ਤੇ ਆਪਣੇ ਨਹੀਂ ਬੁਲਾਈ ਤੇ ਸਤਿ ਸ਼੍ਰੀ ਅਕਾਲ ਬਸ ਹਾਂ ਬਸ ਚਿੱਟੀ ਲੱਗਣ ਦੀ ਚਿੱਟੀ ਇੱਥੇ ਭਾਜੀ ਪ੍ਰਭਾ ਜੀ ਮੰਨੇ ਭਾਜੀ ਨਹੀਂ ਠੀਕ ਆ ਯੈਸ ਹਾਂ ਜੀ ਤੇ ਇਹ ਮੇਰੀ ਫਾਈਨਲ ਲੁੱਕ ਆ ਤੁਸੀਂ ਵੇਖ ਸਕਦੇ ਜੇ ਪ੍ਰੀ ਵੈਡਿੰਗ ਦਾ ਸ਼ੂਟ ਆ ਉਹ ਤੁਹਾਨੂੰ ਅਗਲੇ ਵਲੌਗ ਚ ਮਿਲੂਗਾ ਤੇ ਹੁਣ ਆਪਾਂ ਉੱਥੇ ਜਾ ਕੇ ਸ਼ੂਟ ਕਰਨ ਲੱਗੇ ਹਾਂ ਤੇ ਹੁਣ ਅਗਲਾ ਵਲੌਗ ਜ਼ਰੂਰ ਵੇਖਿਓ ਜਿਹੜਾ ਆ ਜਿਹੜਾ ਉਹ ਵਲੌਗ ਵਧੀਆ ਲੱਗੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਾਲ ਹੀ ਕਰ ਲਿਓ ਨਹੀਂ ਅਜੇ ਧੰਨਵਾਦ ਨਹੀਂ ਚਲੋ ਠੀਕ ਆ ਬਾਏ ਬਾਏ ਮਿਲਦੇ ਹਾਂ ਹੁਣ ਪ੍ਰੀ ਵੈਡਿੰਗ ਸ਼ੂਟ ਤੇ ਸਾਰਿਆਂ ਨੂੰ ਬਾਏ ਬਾਏ।